घर घर बाबा गाइए।
ಮುತ್ತಾದ ಮೃತಂಗುಲ ಬಾಲ ਸਿਰਫ ਹਿੰਦੂਆਂ ਵਾਸਤੇ ਨਹੀਂ, ਕੋਈ ਵੀ ਭਗਤੀ ਕਰ ਰਿਹਾ, ਕਿਸੇ ਰੰਗ ਵਿੱਚ ਕਰ ਰਿਹਾ, ਕਿਸੇ ਢੰਗ ਵਿੱਚ ਕਰ ਰਿਹਾ, ਸਭਨਾਂ ਨੂੰ ਜਾ ਕੇ ਨਿਵਾਜਿਆ, ਸਭ ਨੂੰ ਗਲ ਨਾਲ ਲਾਇਆ, ਕਿਉਂਕਿ ਆਇਆ ਜੋ ਭਗਤ ਵਛਲ ਬਣ ਕੇ। ਭਗਤੀ ਵਿੱਚ ਇਹ ਵਿਤਕਰਾ ਨਹੀਂ ਵੀ ਕੌਣ ਕਰੇ, ਕੋਈ ਕਰੇ। ਭਗਤ ਨਾਮ ਕਿਸ ਦਾ ਹੈ? ਜੋ ਭਗਤੀ ਕਰੇ, ਜੋ ਭਗਤੀ ਕਰੇ ਸੋ ਭਗਤ ਹੈ। ਤੇ ਭਗਤ ਵਿਸ਼ਲ ਭਗਤਾਂ ਨੂੰ ਸਹਾਈ, ਭਗਤਾਂ ਦਾ ਰੱਖਾ, ਭਗਤਾਂ ਨੂੰ ਸਭ ਥਾਈ ਬੜਨ ਵਾਲਾ, ਭਗਤਾਂ ਦੀਆਂ ਕਾਲਾਂ ਥਾਏ ਪਾਉਣ ਵਾਲਾ, ਭਗਤਾਂ ਦੀ ਵਿਗੜੀ ਬਣਾਉਣ ਵਾਲਾ, ਭਗਤਾਂ ਦੀ ਬੇੜੀ ਨੂੰ ਪਾਰ ਉਤਾਰਨ ਵਾਲਾ। ਭਗਤ ਵਸ਼ਲ ਹੋਏ ਆਇਆ, ਵਿਤਕਰਾ ਨਹੀਂ ਵੀ ਕੌਣ ਭਗਤੀ ਕਰ ਰਿਹਾ, ਜਿਹੜਾ ਵੀ ਕਰ ਰਿਹਾ, ਕਿਤੇ ਝੰਡਾ ਬਾਢੀ ਕਰ ਰਿਹਾ, ਕਿਤੇ ਰਾਏ ਗੁਲਾਰ ਮੁਸਲਮਾਨ ਕਰ ਰਿਹਾ, ਕਿਤੇ ਦੋਦਾ ਜੱਟ ਬੈਠਾ ਕਰ ਰਿਹਾ, ਕਿਸੇ ਜਨਮਾਂ ਦੀ ਭਗਤੀ ਕੀਤੀ ਇਸ ਵੇਲੇ ਭਾਵੇਂ ਨਹੀਂ ਵੀ ਕਰ ਰਿਹਾ, ਉਹ ਪਿਛਲਾ ਵਿਚਾਰਿਆ। ਜਿਵੇਂ ਬਾਬਾ ਜੀ ਨੇ ਸਰਬੱਤ ਨਾਲ ਆਪਣਾ ਪਿਛਲਾ ਸੰਬੰਧ ਵਿਚਾਰਿਆ। ਇਸ ਜਨਮ ਕਿਸੇ ਨੂੰ ਖਬਰ ਸੀ ਬਾਬਾ ਜੀ ਦੀ, ਪਰ ਬਾਬਾ ਜੀ ਆਪ ਲੱਭ ਲੱਭ ਕੇ ਜਾ ਮਿਲੇ, ਕਿਉਂਕਿ ਪਿਛਲੇ ਸੰਬੰਧ ਨੂੰ ਉਹ ਜਾਣਦੇ ਸਨ। ਅਸੀਂ ਭੁੱਲ ਜਾਂਦੇ ਹਾਂ, ਭੁੱਲਣ ਹਾਰ ਜੋ ਹੋਏ ਉਹ ਨਹੀਂ ਭੁੱਲਦੇ। ਉਹਨਾਂ ਕੋਲ ਤਾਂ ਲਿਸਟ ਹੁੰਦੀ, ਉਹਨਾਂ ਕੋਲ ਤਾਂ ਫਰਿਸ਼ਤ ਹੁੰਦੀ ਹੈ ਵੀ ਕੌਣ ਕੌਣ ਤੇਰੀ ਬੁੱਕਲ ਵਿੱਚ ਆਉਣ ਵਾਲੇ। ਉਹ ਸਭ ਉਸਦੇ ਦ੍ਰਿਸ਼ਟੀ ਗੋਚਰ ਹੁੰਦੇ ਹਨ। ਕੋਈ ਨਾ ਕੋਈ ਹੀਲਾ ਬਹਾਨਾ ਐਸਾ ਆਨ ਬਣਦਾ ਹੈ ਕਿ ਉਹ ਸਮਾਂ ਗੰਢ ਪੈਣ ਦਾ ਆ ਜਾਂਦਾ ਹੈ ਜਾਤੀ ਵਿੱਚ, ਨਹੀਂ ਤਾਂ ਕਿੱਥੇ ਜਗਰਾਵਾਂ, ਲੁਧਿਆਣੇ ਦਾ ਜ਼ਿਲ੍ਹਾ, ਕਿੱਥੇ ਜ਼ਿਲ੍ਹਾ ਜੰਗ, ਔਰ ਫਿਰ ਜਿਨ੍ਹਾਂ ਨੂੰ ਖਬਰ ਨਹੀਂ ਸੀ ਉਹਨਾਂ ਨੂੰ ਸੱਦ ਬੁਲਾਇਆ, ਇੱਕ ਵਾਰੀ ਆਓ ਤਾਂ ਸਹੀ, ਕਿਉਂਕਿ ਜਾਣਦੇ ਸਨ ਇਹ ਵੀ ਮੇਰਾ, ਇਹ ਵੀ ਮੇਰਾ, ਉਹ ਵੀ ਮੇਰਾ। ਇਹ ਗੰਢਾਂ ਪੀੜੀਆਂ ਕਰਨੀਆਂ ਸਨ ਕਿ ਫਿਰ ਕਿਤੇ ਖੁੱਲ੍ਹ ਨਾ ਜਾਣ, ਕਿਉਂਕਿ ਅਸੀਂ ਤਾਂ ਹਰ ਵੇਲੇ ਗੰਢਾਂ ਤੁੜਾਈ ਫਿਰਦੇ ਹਾਂ, ਹਰ ਵੇਲੇ ਗੰਢਾਂ ਖੁਲਾਵਣ ਦਾ ਯਤਨ ਕਰਦੇ ਰਹਿੰਦੇ ਹਾਂ ਵੀ ਕਿਸੇ ਤਰ੍ਹਾਂ ਖੁੱਲ੍ਹ ਜਾਏ। ਪਰ ਮਹਾਂਪੁਰਖ ਸਦਾ ਚਾਹੁੰਦੇ ਹਨ ਇਹ ਜਿਹੜੀ ਗੰਢ ਪਈ ਹੈ ਕਿਸੇ ਨਾਲ ਵੀ ਇਹ ਹੋਰ ਪੀੜੀ ਹੋ ਜਾਏ। ਉਹ ਜਾਣਦਾ ਹੈ ਕਿ ਟੁੱਟਣ ਨਾਲ ਇਹ ਕਿੱਥੇ ਜਾ ਪਏਗਾ, ਅਤੇ ਜੁੜਿਆ ਬੰਦਾ ਕੀ ਦਾ ਕੀ ਬਣ ਜਾਂਦਾ। ਧੰਨ ਗੁਰੂ ਨਾਨਕ ਪਾਤਸ਼ਾਹ ਬੈਠੇ ਸਨ, ਆ ਅੱਖ ਦੀ ਰੂਈ ਦਾ ਫੰਬਾ ਉੱਡਦਾ ਉੱਡਦਾ ਹਜ਼ੂਰ ਦੇ ਚੋਲੇ ਨਾਲ ਆਣ ਕੇ ਲੱਗਾ। ਕਦੇ ਕਦੇ ਸਾਖੀ ਬਾਬਾ ਜੀ ਕਰਦੇ ਸੀ, ਅੱਖ ਦੀ ਰੂਈ ਦਾ ਫੰਬਾ, ਇਹ ਫੰਬਾ ਉਹਨਾਂ ਦੀ ਬੋਲੀ ਹੈ, ਅੱਖ ਦੀ ਰੂਈ ਦਾ ਫੰਬਾ ਉੱਡਦਾ ਉੱਡਦਾ ਚੋਲੇ ਨਾਲ ਆਣ ਕੇ ਲੱਗਾ ਸਾਹਿਬ ਦੇ, ਤਾਂ ਉਸਨੂੰ ਹਜ਼ੂਰ ਨੇ ਉਂਗਲੀ ਅੰਗੂਠੇ ਵਿੱਚ ਪਕੜ ਲਿਆ ਅਤੇ ਆਪਣੇ ਨੇਤਰਾਂ ਦੇ ਸਾਹਮਣੇ ਕੀਤਾ, ਸਾਹਮਣੇ ਕੀਤਾ ਅਤੇ ਮੁੜ ਵੇਖਿਆ ਮਰਦਾਨੇ ਵੱਲ, ਮਰਦਾਨਿਆ ਆ ਦੇਖਣ, ਮਰਦਾਨਿਆਂ ਟੁੱਟਿਆਂ ਦਾ ਆ ਹਾਲ ਹੁੰਦਾ। ਜਿਹੜਾ ਰਬਾਬ ਵਜਾਇਕ ਸਲੋਕ ਆਇਆ, ਮਰਦਾਨਾ ਰਬਾਬ ਲੈ ਬੈਠਾ ਤਾਂ ਸਾਹਿਬ ਨੇ ਸਲੋਕ ਉਚਾਰਿਆ, ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ, ਇਹ ਕਿੱਡੀ ਸੋਹਣੀ ਅਕੜੀ ਸੀ ਜਦੋਂ ਅੱਕ ਦੇ ਕੰਠ ਨਾਲ ਲੱਗੀ ਹੋਈ ਸੀ,
ਕੋਈ ਖੌਫ ਸੀ ਇਸ ਨੂੰ ਅਨੇਰੀ ਦਾ, ਜਖੜ ਦਾ, ਤੂਫਾਨ ਦਾ? ਕੋਈ ਸੁਭਾਇਮਾਨ ਉੱਥੇ ਹੀ ਸੀ, ਪਰ ਮਰਦਾਨੀਆਂ ਟੁੱਟ ਗਈ ਤੇ ਫਿਰ ਧੁੱਪ ਨੇ ਸਾੜ ਸੁੱਟੀ ਤੇ ਹਵਾ ਨੇ ਫੰਬਾ ਫੰਬਾ ਕਰਕੇ ਉਡਾ ਲਏ। ਆ ਇੱਕ ਫੰਬਾ ਜੋ ਮੇਰੇ ਚੋਲੇ ਨਾਲ ਆਣ ਕੇ ਲੱਗਾ, ਇਹੋ ਜਿਹਾ ਖਬਰੇ ਹੋਰ ਕਿੱਥੇ ਕਿੱਥੇ ਗਏ। ਤੇ ਫਿਰ ਹਜ਼ੂਰ ਦੇ ਨੈਣੀ ਜਲ ਆ ਗਿਆ, ਪੁੱਛਿਆ ਕਿੱਧਰੋਂ ਆਇਆ? ਹੁਣ ਗੁਰੂ ਨਾਨਕ ਪੁੱਛੇ ਤੇ ਉਹ ਬੋਲੇ ਨਾ, ਜਾਂ ਪੁੱਛਿਆ ਤੂੰ ਕਿੱਧਰੋਂ ਆਇਆ ਤਾਂ ਆਵਾਜ਼ ਆਈ ਗਰੀਬ ਨਵਾਜ਼, ਕੋਈ ਪਤਾ ਨਹੀਂ ਮਾਰਿਆ ਪਾਉਣ ਦਾ, ਕਦੇ ਇੱਧਰ ਜਾਣਾ ਕਦੇ ਉੱਧਰ ਜਾਣਾ, ਪਾਉਣ ਉਡਾਈ ਫਿਰਦੀ ਹੈ, ਮੇਰਾ ਕੋਈ ਟਿਕਾਣਾ ਨਹੀਂ, ਕਿੱਥੇ ਜਾਏਗਾ ਕੋਈ ਪਤਾ ਨਹੀਂ। ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ, ਮੇਰੋ ਵਿਸ਼ਵਾ ਧਣੀ ਸਿਓ ਨਾਨਕ ਸੋ ਸੈ ਗੰਠ, ਹੁਣ ਤੇਰੀ ਉੱਥੇ ਗੰਢ ਕੌਣ ਪਾਏ। ਇਹ ਤਾਂ ਹੈ ਮਿਸਾਲ, ਪ੍ਰਮਾਣ ਦਿੱਤਾ ਇਸ ਰੂਈ ਦੇ ਫੰਬੇ ਦਾ ਅਸਲ ਮਕਸਦ ਹੈ, ਕੋਈ ਮਨੁੱਖ ਆਪਣੇ ਪ੍ਰੀਤਮ ਦੇ ਚਰਨਾਂ ਨਾਲੋਂ ਟੁੱਟੇ ਨਾ। ਜੇ ਟੁੱਟ ਗਿਆ ਤਾਂ ਫਿਰ ਜੁੜਨਾ ਮੁਸ਼ਕਲ ਹੈ। ਜੋ ਜੀ ਹਰ ਤੇ ਵਿਛੜਨ ਸੇ ਸੁੱਖ ਨ ਵਸਣ ਪੈਣ, ਮੈਣੇ ਉਹ ਜੀਵ ਸੁੱਖ ਨਾਲ ਨ ਵਸੇ ਜਿਹੜੇ ਹਰੀ ਤੋਂ ਵਿਛੜ ਗਏ। ਤੇ ਫਿਰ ਜਿਸ ਵੇਲੇ ਕੋਈ ਵਿਛੜ ਕੇ ਰੁਣਾ ਤਾਂ ਸਾਹਿਬ ਨੇ ਆਖਿਆ ਹੁਣ ਵਿਛੜ ਕਿਉਂ ਰੋਵੇ, ਹੁਣ ਵਿਛੜ ਕੇ ਰੋਂਦਾ ਕਿਸ ਗੱਲ ਦਾ ਪਿਆ, ਆਪ ਕਮਾਣੇ ਵਿਛੜੀ ਦੋਸ ਨਾ ਕਾਹੂ ਦੇਣ, ਕਿਸ ਨੂੰ ਦੋਸ ਦੇਵੇਂਗੀ, ਦੋਸ ਆਪਣੀਆਂ ਕਰਮਾਂ ਨੂੰ ਦੇ, ਦੋਸ ਕਰਮਾਂ ਆਪਣੀਆਂ। ਸਾਧ ਸੰਗਤ ਬੋਲੋ ਸ੍ਰੀ, ਆਪ ਕਮਾਣੇ ਵਿਛੜੀ ਦੋਸ ਨਾ ਕਾਹੂ ਦੇਣ, ਮੈਂ ਆਪਣੀਆਂ ਕਮਾਣਿਆਂ ਨਾਲ ਵਿਛੜੀ, ਆਪਣੀਆਂ ਕਰਮਾਂ ਨੇ ਮੈਨੂੰ ਵਿਛੋੜਿਆ, ਮੇਰੇ ਕਰਮ ਹੀ ਐਸੇ ਖੋਟੇ ਹੋ ਗਏ ਜੋ ਮੈਂ ਵਿਛੜ ਗਿਆ ਉਸ ਤੋਂ, ਹੁਣ ਗੰਢ ਮੇਰੀ ਕੌਣ ਪਾਵੇ। ਉਸ ਰੋਈ ਦੇ ਫੰਬੇ ਦੀ ਗੰਢ ਤਾਂ ਮੁੜ ਕੇ ਨਾ ਪੈ ਸਕੀ, ਪਰ ਇਨਸਾਨ ਦੀ ਗੰਢ ਮੁੜ ਪੈ ਸਕਦੀ ਹੈ, ਬੰਦੇ ਦੀ ਗੰਢ ਪੈ ਸਕਦੀ ਹੈ, ਜੇ ਡਿੱਗ ਪਵੇ ਚਰਨਾ ਤੇ ਸੰਗਤ ਵਿੱਚ ਆਣ ਕੇ ਆਖੇ ਮੈਂ ਭੁੱਲ ਗਿਆ। ਮੇਲ ਲਿਹੋ ਦਿਆਲ ਢਹਿ ਪੈ ਦੁਆਰਿਆ, ਇਹ ਬੇਨਤੀ ਦੇ ਸ਼ਬਦ ਹਜ਼ੂਰ ਨੇ ਇਸੇ ਵਾਸਤੇ ਸਿਖਾਏ ਹਨ, ਇਸੇ ਵਾਸਤੇ ਉਚਾਰਨ ਕੀਤੇ ਹਨ। ਤੂੰ ਗਲਤੀ ਕਰੇਗਾ, ਤੂੰ ਠੇਡਾ ਖਾਏਗਾ, ਤੂੰ ਵਿਛੜੇਗਾ, ਪਰ ਆ ਸ਼ਬਦ ਚੇਤੇ ਰੱਖੀ, ਜਿਸ ਵੇਲੇ ਆਣ ਕੇ ਪੈਰਾਂ ਤੇ ਡਿੱਗ ਪਏਗਾ ਆਖੇਗਾ ਮੇਲ ਲਿਹੋ ਦਿਆਲ, ਤਾਂ ਤੇਰੀ ਸਿਫਾਰਿਸ਼ ਮੈਂ ਵੀ ਕਰਾਂਗਾ। ਉਹ ਨਿਰੰਕਾਰ ਜਿੱਤ ਦੁਆਰੇ ਉਭਰੇ ਦਿੱਤੇ ਲਿਹੋ ਉਬਾਰ, ਇਹ ਜਿਵੇਂ ਉਭਰਦੇ ਨਹੀਂ ਉਭਾਰ, ਕੋਈ ਵਿਧ ਬਣਾ ਇਹਨਾਂ ਦੇ ਤਰਨ ਦੀ, ਕੋਈ ਵਸੀਲਾ ਸੋਚ ਇਹਨਾਂ ਦੇ ਪਾਰ ਉਤਰਨ ਦਾ, ਤਾਂ ਇਸ ਤੋਂ ਵੱਡੀ ਵਿਧ ਹੋਰ ਕਿਆ ਹੋ ਸਕਦੀ ਹੈ। ਇਹ ਧੰਨ ਗੁਰੂ ਨਾਨਕ ਪਾਤਸ਼ਾਹ ਨਿਰੰਕਾਰ ਰੂਪ ਵਟਾ ਕੇ ਜਗਤ ਵਿੱਚ ਆਇਆ, ਕੀ ਬਣ ਕੇ ਆਇਆ? ਆਖੀਐ ਭਗਤ ਵਸ਼ਲ ਹੋਏ ਆਇਆ, ਭਗਤ ਵਸ਼ਲ। ਕਿਤਨੀ ਕੁ ਭਗਤੀ ਕਰੇ ਬਈ, ਜਿਤਨੀ ਵੀ ਕਰੇ, ਥੋੜੀ ਤੋਂ ਥੋੜੀ ਕਰੇ, ਪਰ ਜੇ ਕਰੇ ਸੱਚੇ ਦਿਲ ਨਾਲ। ਐਡੀ ਛੋਟ ਕੀਤੀ ਹੈ ਕਿ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਤੇ ਫਿਰ ਗਰਭਾਸ ਨਾ ਭਰਿਆ। ਜਿਨ੍ਹਾਂ ਨੇ ਪਿਆਰ ਨਾਲ ਸੁਣਿਆ ਵਾ, ਜਿਨ੍ਹਾਂ ਨੇ ਸਿਦਕ ਨਾਲ ਡਿੱਠਾ, ਜਿਹੜੇ ਉਸ ਵੇਲੇ ਹੁਣ ਸਨ ਉਹ ਤਾਂ ਵੇਖ ਸੁਣ ਸਕਦੇ ਸਨ, ਇਸ ਵੇਲੇ ਉਸਨੂੰ ਕਿਵੇਂ ਸੁਣੀਏ ਤੇ ਕਿਵੇਂ ਵੇਖੀਏ? ਆ ਸੁਣ ਉਸਦੀ ਬਾਣੀ ਤੇ ਵੇਖ ਉਸਨੂੰ ਸੁਰਤ ਦੇ ਨਾਲ, ਧਿਆਨ ਵਿੱਚ ਲਿਆ ਕੇ ਜਪੋ ਸ੍ਰੀ ਵਾਹਿਗੁਰੂ। ਇਸ ਦਾ ਵੀ ਫਲ ਉਹੀ ਹੈ, ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਭਰਿਆ। ਭਗਤ ਵਸ਼ਲ ਹੈ ਆਇਆ, ਭਾਈ ਸਾਹਿਬ ਆਖਦੇ ਭਗਤ ਵਸ਼ਲ ਹੈ ਆਇਆ, ਪਤਿਤ ਉਧਾਰਨ ਅਜਬ ਅਜਾਬਾ। ਅਜੀਬ ਬਾਤ ਹੈ ਕਿ ਮੇਰਾ ਭਗਤ ਵਸ਼ਲ ਹੀ ਨਹੀਂ,
ਪਤਾਂ ਦਾ ਉਧਾਰ ਵੀ ਨਾਲ ਕਰੀ ਜਾਂਦਾ। ਇੱਕਰੀ ਡਿਊਟੀ ਨਹੀਂ, ਦੋਹਰੀ ਡਿਊਟੀ ਹੈ। ਪੁੰਨੀਆਂ ਨੂੰ ਵੀ ਤਾਰਨਾ, ਉਹਨਾਂ ਦੀਆਂ ਗਾਲਾਂ ਥਾਂ ਪਾਵਣੀਆਂ ਨੇ, ਤੇ ਪਾਪੀਆਂ ਨੂੰ ਵੀ ਬਖਸ਼ਣਾ। ਪੁੰਨੀਆਂ ਦੇ ਪੁੰਨਾਂ ਨੂੰ ਭਾਗ ਲਾਵਣੇ ਹਨ, ਤੇ ਪਾਪੀਆਂ ਨੂੰ ਪੁੰਨਾਂ ਦੀ ਪੂੰਜੀ ਬਖਸ਼ਣੀ ਹੈ। ਭਗਤ ਵਸ਼ਲ ਹੋਏ ਆਇਆ, ਪਤਤ ਉਧਾਰਨ ਅਜਬ ਅਜਾਬਾ। ਲਾਲੂ ਵਰਗਿਆਂ ਦੇ ਪੁੰਨ ਖਬਰੇ ਕਿਤਨੇ ਜਨਮਾਂ ਦੇ ਇਕੱਠੇ ਹੋਏ ਸਨ। ਇਹ ਵੀ ਪੁਕਾਰਦੇ ਸਨ, ਉਧਰ ਪਾਪੀਆਂ ਦੇ ਪਾਪ ਵੀ ਪੁਕਾਰਦੇ ਸਨ। ਸਾਡੀ ਹੁਣ ਵਾਹ ਨਹੀਂ, ਪਾਪ ਕਰਤ ਹਮ ਗਲ ਤਾਂ ਹੀ ਗਰਕੇ। ਅਰਦਾਸ ਕਰਦਿਆਂ ਕਰਦਿਆਂ ਬਾਬਾ ਜੀ ਨੇ ਰੋ ਪੈਣਾ, ਸਦਕੇ ਏਡੀਆਂ ਕਮਾਈਆਂ, ਏਡੇ ਰੁਤਬਿਆਂ ਮਰਾਤਬਿਆਂ ਦੇ ਮਾਲਕ, ਦਰਗਾਹ ਤੱਕ ਜਿਨ੍ਹਾਂ ਦੀ ਪਹੁੰਚ, ਅੱਖਾਂ ਮੀਟਣ ਤੇ ਕਿਤੇ ਦੇ ਕਿਤੇ ਜਾ ਪੁੱਜੇ, ਤੇ ਮੁੜ ਸਾਨੂੰ ਸਿਖਲਾਉਣ ਵਾਸਤੇ, ਪੜ੍ਹਾਈ ਕਰਾਉਣ ਵਾਸਤੇ ਅਰਦਾਸ ਵਿੱਚ ਖੜੋਤੇ ਆ, ਰੋ ਪੈਣਾ ਤੇ ਆਖਣਾ ਗਰੀਬ ਨਵਾਜ਼, ਓ ਗੁਰੂ ਨਾਨਕ ਪਾਤਸ਼ਾਹ ਪਾਪ ਕਰਤ ਹਮ ਗਲਤਾਂ ਹੀ ਕਰ, ਕਿ ਮੈਂ ਪਾਪ ਕਰਦਾ ਕਰਦਾ ਪਾਪਾਂ ਦੇ ਸਮੁੰਦਰ ਚ ਗਲਤਾਂ ਹੀ ਗਰਕਿਆ ਪਿਆ। ਤੇ ਦੂਜਾ ਅਰਥ ਇਹ ਕਰਦੇ ਸਨ, ਪਾਪ ਕਰਤ ਹਮ ਗਲਤਾਂ ਹੀ ਗਰਕੇ, ਮੈਂ ਜਿਹੜੀ ਗੱਲ ਵੀ ਕਰਦਾ ਇਹ ਵੀ ਪਾਪਾਂ ਵਾਲੀ ਕਰਦਾ, ਤੇ ਪਾਪਾਂ ਸਹਿਤ ਕਰਦਾ, ਪਾਪਾਂ ਨਾਲ ਮਿਲੀ ਹੋਈ ਹੈ।
ਮਤਲਬ ਕੀ ਬਈ ਮੇਰੀ ਗੱਲ ਗੱਲ ਵਿੱਚ ਪਾਪ ਹੀ ਪਾਪ ਹੈ। ਬਾਬਾ ਜੀ ਇਸ਼ਨਾਨ ਕਰ ਰਹੇ ਸਨ, ਕੁਝ ਸੰਗਤ ਨਾਲ ਸੀ, ਦੂਰ ਖੜੋਤੀ। ਕਿਸੇ ਦੇ ਮਨ ਵਿੱਚ ਵਿਚਾਰ ਆ ਗਿਆ ਵੀ ਬਾਬਾ ਜੀ ਦਾ ਰੰਗ ਕਾਲਾ, ਕਾਲਾ ਰੰਗ ਤਾਂ ਨਹੀਂ ਸੀ, ਭਗਵਾਨ ਕ੍ਰਿਸ਼ਨ ਦਾ ਰੰਗ ਸੀ, ਸਾਂਵਲਾ ਰੰਗ ਸੀ। ਪਰ ਉਸਦੇ ਮਨ ਵਿੱਚ ਆਈ ਬਈ ਬਾਬਾ ਜੀ ਦਾ ਰੰਗ ਕਾਲਾ ਹੈ, ਤੇ ਜੱਟ ਵੇਖ ਕੇ ਕਹਿਣ ਲੱਗੇ ਪਾਪ ਕਰ ਕਰਕੇ ਕਾਲਾ ਹੋ ਗਿਆ। ਕਿੱਥੇ ਗੱਲ ਉਪਜੀ, ਕਿੱਥੇ ਫੁਰੀ, ਤੇ ਜਵਾਬ ਕੀ ਦਿੱਤਾ? ਕੋਈ ਹੁੰਦਾ ਸਾਡੇ ਵਰਗਾ, ਵਰ ਤੇ ਫੁਰਨੀ ਕੋਈ ਨਹੀਂ ਸੀ, ਤੇ ਜੇ ਫੁਰ ਵੀ ਜਾਂਦੀ ਤੇ ਉਹਨੂੰ ਗੁੱਸੇ ਨਾਲ ਵੇਖਦੇ ਵੀ ਕੀ ਪਿਆ ਸੋਚਣਾ ਮੇਰੇ ਮੁਤਲਕ। ਪਰ ਪ੍ਰਾਪਤੀ ਵਾਲਿਆਂ ਦੇ ਮੂੰਹੋਂ ਜਦ ਵੀ ਅੱਖਰ ਨਿਕਲੇ, ਬਾਬਾ ਜੀ ਆਖਦੇ ਸਨ ਇਹੀ ਤਾਂ ਫਰਕ ਹੈ, ਗੁਰਮੁਖ ਆਪ ਨੂੰ ਹਰ ਵੇਲੇ ਉਡਾਈ ਵਜਾਈ ਰੱਖਦਾ, ਆਪ ਨੂੰ ਕੁਛ ਬਣਨ ਦਿੰਦਾ ਹੀ ਨਹੀਂ, ਤੇ ਮਨਮੁਖ ਹਰ ਹੀਲੇ ਚਾਹੁੰਦਾ ਕੁਛ ਨਾ ਕੁਛ ਬਣ ਜਾਵਾਂ, ਕੁਛ ਬਣ ਪਵਾਂ। ਬਸ ਜਿਹੜਾ ਕੁਛ ਬਣਨਾ ਚਾਹੁੰਦਾ ਉਹ ਤਾਂ ਬਣ ਨਹੀਂ ਸਕਦਾ, ਜਿਹੜਾ ਮਿਟਾਉਂਦਾ ਹੈ ਆਪ ਨੂੰ ਉਹ ਸਭ ਕੁਝ ਬਣ ਜਾਂਦਾ। ਤਾਂ ਹੀ ਆਖਿਆ ਮਿਟਾ ਦੇ ਆਪਣੀ ਹਸਤੀ ਕੋ ਅਗਰ ਕੁਛ ਮਰਤਬਾ ਚਾਹੀਏ, ਮਿਟਾ ਦੇ। ਕਹੋ ਨਾਨਕ ਆਪ ਮਿਟਾਇਆ ਸਭ ਪਾਰ ਬ੍ਰਹਮ ਨਦਰੀ ਆਇਆ, ਜਿਹਨਾਂ ਚਿਰ ਆਪ ਨੂੰ ਮਿਟਾਇਆ ਨਹੀਂ ਉਹ ਖੁਦੀ ਨਾ ਕਰ ਖੁਦਾ ਸੇ ਡਰ, ਖੁਦੀ ਨਾ ਕਰ ਖੁਦਾ ਸੇ ਡਰ। ਕਿਉਂ? ਖੁਦੀ ਵਾਲੇ ਨੂੰ ਕੋਈ ਨਾ ਲੋੜ, ਨਾ ਅੱਗ ਸਾੜੇ ਨਾ ਪਾਣੀ ਬੋੜੇ। ਇਹ ਨਹੀਂ ਵੀ ਉਹ ਅੱਗ ਸਾੜਦੀ ਨਹੀਂ ਕਿਉਂਕਿ ਉਹ ਏਡੇ ਕਰਮਾਂ ਵਾਲਾ, ਨਹੀਂ ਅੱਗ ਇਸ ਵਾਸਤੇ ਨਾਲ ਸਪਰਸ਼ ਨਹੀਂ ਕਰਦੀ ਵੀ ਤੂੰ ਤਾਂ ਪਾਪੀ ਹੈ ਮੈਨੂੰ ਕਿਉਂ ਪਾਪ ਨੂੰ ਕਰਨਾ, ਅੱਗੇ ਹੀ ਮੈਂ ਸੜਦੀ ਰਹਿੰਦੀ ਹਾਂ ਹੋਰ ਸੜਾਂਗੀ। ਖੁਦੀ ਨਾ ਕਰ ਖੁਦਾ ਸੇ ਡਰ, ਖੁਦੀ ਵਾਲੇ ਨੂੰ ਕੋਈ ਨਾ ਲੋੜੇ, ਨਾ ਅੱਗ ਸਾੜੇ ਨਾ ਪਾਣੀ ਬੋੜੇ। ਖੁਦੀ ਵਾਲਾ ਗਿਆ ਪਾਸ ਖੁਦਾ ਦੇ, ਅੱਗੋਂ ਕਾਦਰ ਵੀ ਮੁੱਖ ਮੋੜੇ, ਹੁਕਮ ਹੋਇਆ ਇਹਨੂੰ ਪਾ ਦਿਓ ਨਰਕਾਂ, ਅੱਗੋਂ ਨਰਕਾਂ ਵੀ ਹੱਥ ਜੋੜੇ। ਸਾਡੇ ਵੱਲ ਨਾ ਲਿਆ, ਸਾਡੇ ਵੀ ਅੱਗੇ ਅੱਗ ਪਈ ਮਚਦੀ, ਅੱਗੇ ਧੂੰਆਂ ਆਕਾਸ਼ ਤੱਕ ਚੜਿਆ ਹੋਇਆ ਹੈ, ਇਹਦੇ ਨਾਲ ਸਪਰਸ਼ ਹੋ ਗਿਆ ਤਾਂ ਖਬਰੇ ਹੋਰ ਕਿਤਨੇ ਜਨਮਾਂ ਤੱਕ ਬਲਦੇ ਰਵਾਂਗੇ। ਸਾਧ ਸੰਗਤ ਬੋਲੋ ਸ੍ਰੀ ਹਮੇਸ਼ਾ ਮਿਟਾਇਆ ਆਪਨੇ, ਕਿਉਂਕਿ ਮਿਟਾਇਆ ਬਿਨਾਂ ਪ੍ਰਾਪਤੀ ਨਹੀਂ ਹੁੰਦੀ, ਔਰ ਜਿਹਨਾਂ ਨੂੰ ਪ੍ਰਾਪਤੀ ਹੋਈ ਹੈ ਉਹਨਾਂ ਨੂੰ ਪਤਾ ਲੱਗਿਆ ਮਿਟਾਵਣ ਦਾ ਕਿਆ ਸੁੱਖ ਹੈ, ਉਹ ਕਦੇ ਭੁੱਲ ਕੇ ਵੀ ਕੁਛ ਨਾ ਬਣੇ। ਔਰ ਜਿਹੜੇ ਕੁਛ ਬਣ ਬੈਠੇ ਜੇ ਯਕੀਨ ਕਰੋ ਇਹਨਾਂ ਨੂੰ ਪ੍ਰਾਪਤੀ ਕੋਈ ਨਹੀਂ, ਪ੍ਰਾਪਤੀ ਦੇ ਨੇੜਿਓਂ ਨਹੀਂ ਲੰਘੇ, ਪ੍ਰਾਪਤੀ ਛੱਡ ਕੇ ਉਸ ਰਸ ਦਾ ਇੱਕ ਕਿਣਕਾ ਨਸੀਬ ਨਹੀਂ ਹੋਇਆ। ਜਿਹਨਾਂ ਨੇ ਮਿਟਾਇਆ ਹੈ ਸਾਧ ਸੰਗਤ ਉਹਨਾਂ ਦੇ ਸਦਕੇ ਬੈਠੇ। ਮਨ ਵਿੱਚ ਆਈ ਬਈ ਬਾਬਾ ਜੀ ਦਾ ਰੰਗ ਕਾਲਾ ਕਿਸੇ ਦੇ ਮਨ ਵਿੱਚ, ਤੇ ਬਾਬਾ ਜੀ ਇਸ਼ਨਾਨ ਕਰ ਰਹੇ ਸਨ, ਬਸਤਰ ਉਤਾਰ ਕੇ ਪਾਣੀ ਪਾ ਰਹੇ ਸਨ ਆਪਣੇ ਹੱਥ ਦੇ ਨਾਲ, ਗੜਵਾ ਬਰ ਬਰ ਕੇ ਟੱਪ ਚੋਂ ਪਾਣੀ ਪਾਵਣ, ਇੱਕ ਅਜੀਬ ਜਿਹੀ ਆਵਾਜ਼ ਕੱਢਦੇ ਸਨ ਨਾਲੇ ਸਿਰ ਤੇ ਪਾਣੀ ਪਾਉਣਾ ਨਾਲੇ ਕਰਨਾ। ਇੱਕ ਵਾਰੀ ਨਗਰੋਟੇ ਦੀ ਪਹਾੜੀ ਤੇ ਬਾਬਾ ਜੀ ਕਹਿਣ ਲੱਗੇ ਵੀ ਡਾਂਡੀ ਚੁੱਕ ਲਓ ਸਾਡੀ, ਸਾਰਾ ਕੀਰਤਨ ਵੀ ਦੇ ਦਿੱਤਾ, ਸਾਰੇ ਦਿਨ ਦਾ ਪ੍ਰੋਗਰਾਮ ਜਿਤਨੇ ਕੀਰਤਨ ਸਨ ਸਾਰੇ ਕਰੀ, ਫਿਰ ਇੱਥੇ ਹੀ ਬਸ ਨਾ ਕੀਤੀ ਡਾਂਡੀ ਚੁੱਕਵਾ ਲਈ, ਆਪ ਡਾਂਡੀ ਵਿੱਚ ਬਹਿ ਗਏ। ਚੁੱਕ ਲਓ ਬਈ, ਚੁੱਕ ਕੇ ਲੈ ਤੁਰੇ ਕਾਫੀ ਦੂਰ ਗਏ, ਗਏ ਇਸ ਬਹਾਨੇ ਬਈ ਜੀ ਹੁਣ ਰੌਲਾ ਪੈ ਜਾਏ, ਬਾਲ ਬੱਚਾ ਕਿੱਥੇ ਰੱਖੋਗੇ, ਕੋਈ ਥਾਂ ਲੱਭ ਲਓ, ਹੁਣ ਆਏ ਹਾਂ ਪਹਾੜ ਤੇ ਕੋਈ ਜਗ੍ਹਾ ਲੱਭ ਲਓ ਬਾਲ ਬੱਚੇ ਨੂੰ ਲੁਕਾ ਕੇ ਰੱਖਣ ਦੀ, ਵੇਲਾ ਬੜਾ ਭਿਆਨਕ ਆ ਰਿਹਾ। ਸਤਿਵਚਨ ਡਾਂਡੀ ਚੁੱਕ ਲਈ ਤੁਰ ਪਏ, ਤੁਰਦੇ ਤੁਰਦੇ ਫਿਰ ਅੱਗੇ ਜਿੱਥੇ ਰਸਤਾ ਬਿਖੜਾ ਜਿਹਾ ਆ ਗਿਆ ਡਾਂਡੀਆਂ ਉਤਰ ਬੈਠੇ ਤੇ ਫਿਰ ਪੈਦਲ ਹੋ ਤੁਰੇ। ਅੱਗੇ ਦੋ ਪਹਾੜੀਆਂ ਸਨ ਇੰਜ ਬਿਲਕੁਲ ਜੁੜਵੀਆਂ ਖੜੋਤੀਆਂ, ਵਿੱਚੋਂ ਫੁੱਟ ਡੇਢ ਫੁੱਟ ਦਾ ਫਾਸਲਾ ਹੋਣਾ। ਬਾਬਾ ਜੀ ਕਹਿਣ ਲੱਗੇ ਹੁਣ ਕਿਸ ਤਰ੍ਹਾਂ ਲੰਘੀਏ ਬਈ ਇੱਥੋਂ, ਰਾਗਾ ਸਿਆਂ ਜਰਾ ਮੋਢਾ ਕਰਖਾਂ,
ਮੈਂ ਅੱਗੇ ਹੋਇਆ ਪਰ ਵੇਖ ਕੇ ਮੈਂ ਤਾਂ ਅਚਰਜ ਰਹਿ ਗਿਆ ਵੀ ਏਡੀ ਉੱਚੀ ਥਾਂ ਅਤੇ ਇੰਝ ਟੱਪ ਕੇ ਇੱਕ ਪਹਾੜੀ ਤੋਂ ਦੂਜੀ 'ਤੇ ਜਾਣਾ ਇਹ ਤਾਂ ਬੜਾ ਮੁਸ਼ਕਿਲ ਕੰਮ ਹੈ। ਅਤੇ ਬਾਬਾ ਜੀ ਨੇ ਫੜ ਲਈ ਬਾਂਹ, ਬਈ ਜਿਵੇਂ ਮੇਰੇ ਸਹਾਰੇ ਨਾਲ ਆਪ ਲੰਘਣਾ ਹੋਵੇ, ਪਰ ਨਹੀਂ ਸਾਧ ਸੰਗਤ ਆਪਣੇ ਸਹਾਰੇ ਨਾਲ ਮੈਨੂੰ ਲੰਘਾਉਣੇ। ਜਿਸ ਵੇਲੇ ਲੰਘ ਗਏ ਅਤੇ ਅਗਾਂਹ ਪਹੁੰਚੇ, ਅੱਗੇ ਇੱਕ ਸਰੋਵਰ ਸੀ ਛੋਟਾ ਜਿਹਾ, ਐ ਨਕਸ਼ਾ ਸਾਹਮਣੇ ਆ ਜੇ, ਪਾਣੀ ਬੜਾ ਠੰਡਾ ਸਰੋਵਰ ਵਿੱਚ, ਉਸ ਤੋਂ ਪਰੇ ਪਹਾੜ ਤੋਂ ਅਗਾਂਹ ਫਿਰ ਚੀਨ ਲੱਗ ਜਾਂਦਾ। ਬਾਬਾ ਜੀ ਉੱਥੇ ਜਿਸ ਵੇਲੇ ਪਹੁੰਚੇ ਸਰੋਵਰ 'ਤੇ, ਕਹਿਣ ਲੱਗੇ ਬਈ ਲੈ ਇਸ਼ਨਾਨ ਕਰਨ ਨੂੰ ਜੀ ਕਰ ਆਇਆ। ਬਾਬਾ ਜੀ ਨੇ ਕੱਪੜੇ ਉਤਾਰ ਦਿੱਤੇ, ਠੰਡਾ ਪਾਣੀ, ਭਾਵੇਂ ਰੁੱਤ ਗਰਮੀ ਦੀ ਸੀ ਪਰ ਉਹ ਪਾਣੀ ਬਰਫ਼ ਵਰਗਾ। ਬਾਬਾ ਜੀ ਤਾਂ ਬਹਿ ਗਏ ਅਤੇ ਕਹਿਣ ਲੱਗੇ ਲੈ ਰਾਗਾ ਸਿਆਹ ਪਾਣੀ ਪਾਈ ਜਾ। ਮੈਂ ਜਿਸ ਵੇਲੇ ਪਹਿਲਾ ਗੜਵਾ ਪਾਇਆ ਅਤੇ ਬਾਬਾ ਜੀ ਨੇ ਹੂ ਕੀਤਾ, ਮੈਂ ਤਾਂ ਡਰ ਗਿਆ ਵੀ ਖਬਰੇ ਕੀ ਹੋ ਗਿਆ। ਮੈਂ ਜਿਝਕ ਗਿਆ, ਹੋਰ ਗੜਵਾ ਪਾਇਆ ਨਾ, ਕਹਿਣ ਲੱਗੇ ਛੱਡ ਪਰੇ, ਤੈਨੂੰ ਪਾਣੀ ਪਾਉਂਦਿਆਂ ਵੀ ਸਰਫਾ ਲੱਗਦਾ। ਬਾਬਾ ਜੀ ਨਾਲੇ ਗੜਵੇ ਪਾਣੀ ਦੇ ਪਾਈ ਜਾਣ, ਨਾਲੇ ਊਹੂ ਕਰੀ ਜਾਣ, ਅਸੀਂ ਬੜੇ ਹੈਰਾਨ ਵੀ ਬਾਬਾ ਜੀ ਕਿਆ ਕਰ ਰਹੇ ਹਨ। ਤਾਂਹੀਆਂ ਜੇ ਪਾਣੀ ਵਿੱਚ ਇੱਕ ਬਿੱਛੂ ਫਿਰਦਾ ਸੀ। ਬਾਬਾ ਜੀ ਕਹਿਣ ਲੱਗੇ ਲਿਆ ਸੋਟੀ ਸੋਟੀ ਸੋਟੀ, ਲਿਆ ਸੋਟੀ ਫੜਾਉਣ ਤੱਕ ਇੱਕ ਪਹਾੜੀਆ ਆ ਗਿਆ, ਉਹਨੇ ਬਿੱਛੂ ਨੂੰ ਪਾਣੀ ਨਾਲ ਉਛਾਲ ਕੇ ਅਤੇ ਬਾਹਰ ਦੂਰ ਸੁੱਟ ਦਿੱਤਾ। ਬਾਬਾ ਜੀ ਕਹਿਣ ਲੱਗੇ ਕਲਿਆਣ ਕਰਨ ਲੱਗੇ ਸਾਂ, ਹੈ ਦੁਸ਼ਮਣ ਆ ਗਿਆ ਉਹਦਾ, ਆਪੂ ਇਸਨੇ ਬਚਾਇਆ ਉਸਨੂੰ, ਪਰ ਇਸਨੂੰ ਕਿਆ ਪਤਾ ਕਿ ਇਸ ਵੇਲੇ ਇਸਦਾ ਜੇ ਅੰਤ ਆ ਜਾਂਦਾ ਤਾਂ ਕਿੱਥੇ ਜਾਂਦਾ। ਫਿਰ ਜਿਸ ਵੇਲੇ ਬਸਤਰ ਪਹਿਨੇ ਅਤੇ ਨਾਲ ਹੀ ਦੋ ਚਾਰ ਕੋਠੇ ਸਨ ਪਹਾੜੀਏ ਦੇ, ਉਹਨਾਂ ਕੋਠਿਆਂ ਤੱਕ ਜਿਸ ਵੇਲੇ ਪਹੁੰਚੇ, ਉਹ ਪਹਾੜੀਆ ਅੱਗੇ ਮੱਕੀ ਦੀ ਪੰਡ ਸਿਰ 'ਤੇ ਰੱਖ ਕੇ ਅਤੇ ਲੈ ਚਲੇ ਅਸੀਂ ਉਹਨਾਂ ਪਛਾਣ ਵਾਸਤੇ। ਬਾਬਾ ਜੀ ਨੇ ਆਖਿਆ ਗੱਲ ਸੁਣ, ਕਹਿੰਦਾ ਮੈਨੂੰ ਵਕਤ ਨਹੀਂ। ਬਾਬਾ ਜੀ ਕਹਿਣ ਲੱਗੇ ਉਹ ਤੂੰ ਗੱਲ ਸੁਣ, ਉਹ ਆਖਦਾ ਮੈਨੂੰ ਵਕਤ ਨਹੀਂ। ਬਾਬਾ ਜੀ ਦੇ ਮੂੰਹੋਂ ਨਿਕਲ ਗਿਆ ਲੈ ਤੇਰੇ ਘਰ ਰੱਬ ਆਇਆ, ਤੂੰ ਆਖਣਾ ਵਕਤ ਹੀ ਕੋਈ ਨਹੀਂ। ਪਰ ਜਾਟੀ ਕਹਿਣ ਲੱਗੇ ਨਾ ਬਈ ਭੁੱਲ ਗਏ ਹੈ, ਇਹ ਗੱਲ ਕਹਿਣ ਵਾਲੀ ਨਹੀਂ ਸੀ, ਤੂੰ ਗੱਲ ਤਾਂ ਸੁਣ। ਬਾਬਾ ਜੀ ਨੇ ਬਾਂਹ ਫੜ ਲਈ, ਉਹ ਬਾਂਹ ਛੁਡਾਏ, ਅਚਰਜ ਪਏ ਹੋ ਵੀ ਇਹ ਵੀ ਟਕੇ ਦਾ ਬੰਦਾ, ਬਾਬਾ ਜੀ ਬਾਂਹ ਫੜਦੇ ਨੇ ਔਰ ਬਾਂਹ ਛੁਡਾਉਂਦਾ। ਇਸ ਵੇਲੇ ਬਹੁਤ ਉਹਨੂੰ ਆਖਿਆ ਅਤੇ ਫਿਰ ਵੀ ਉਹ ਨਾ ਮੰਨਿਆ ਤਾਂ ਬਾਬਾ ਜੀ ਨੇ ਫਿਰ ਸੋਟੀ ਉਲਾਰੀ, ਫਿਰ ਇੰਜ ਠਹਿਰੇਗਾ। ਫਿਰ ਉਹ ਡਰ ਗਿਆ, ਖੜੋ ਗਿਆ, ਕਹਿੰਦਾ ਕੀ ਆਖਦੇ ਹੋ। ਬਾਬਾ ਜੀ ਕਹਿਣ ਲੱਗੇ ਵੀ ਆ ਸਾਡੇ ਰਾਗਾ ਸਿੰਘਾਂ ਨੂੰ ਇੱਕ ਕੋਠਾ ਚਾਹੀਦਾ, ਆਪਣਾ ਬਾਲ ਬੱਚਾ ਇੱਥੇ ਰੱਖਣਗੇ ਅਤੇ ਤੂੰ ਇੱਕ ਕੋਠਾ ਇਹਨਾਂ ਨੂੰ ਦੇ ਦੇ। ਉਹ ਆਖੇ ਵੀ ਮੈਂ ਇਸ ਕਮਰੇ ਵਿੱਚ ਆਪ ਰਹਿੰਦਾ, ਇਹਦੇ ਵਿੱਚ ਮੈਂ ਆਪਣਾ ਡੰਗਰ ਵੱਛਾ ਬਣਦਾ, ਮੇਰੇ ਕੋਲ ਹੋਰ ਕੋਠਾ ਹੀ ਕੋਈ, ਮੈਂ ਦੇਵਾਂ ਕੀ। ਬਾਬਾ ਜੀ ਕਹਿਣ ਲੱਗੇ ਤੂੰ ਕੋਈ ਦੋਵਾਂ ਵਿੱਚੋਂ ਇੱਕ ਦੇ ਦੇ, ਤੂੰ ਹਾਂ ਤਾਂ ਕਰ ਨਾ ਦੇਵੀ। ਕਿਸ ਕਿਸ ਬਹਾਨੇ ਤਾਰਦੇ ਸਨ, ਕਿਸ ਕਿਸ ਵਿਧ ਨਾਲ ਉਭਾਰਨਾ ਸੀ। ਸਾਧ ਸਿੰਘ ਬੋਲੋ ਸ੍ਰੀ ਵਾਹਿਗੁਰੂ। ਤਾਂ ਕਿੱਥੇ ਉਹ ਪਹਾੜੀਆ, ਕੀ ਲੱਗਦਾ ਸੀ, ਪਰ ਕੋਈ ਸੰਬੰਧ ਹੁੰਦਾ ਪਿਛਲੇ ਜਨਮ ਦਾ, ਜਿਹਨੂੰ ਦਿੱਤੀ ਹੁੰਦੀ ਹੈ ਇੱਕ ਚਿੰਗਾਰੀ ਅਤੇ ਆਖੇ ਆਉਂਦਾ ਲੈ ਇਸ ਨੂੰ ਬਾਲ ਲਈ, ਅਤੇ ਉਹ ਆਪਣੀਆਂ ਕਰਮਾਂ ਦਾ ਮਾਰਿਆ ਬੁਝਾ ਕੇ ਬਹਿ ਜਾਂਦਾ, ਅਤੇ ਫਿਰ ਬਖਸ਼ਿਸ਼ਾਂ ਦੇ ਘਰ ਵਿੱਚ ਆ ਕੇ ਉਸਨੂੰ ਹੋਰ ਬਖਸ਼ਿਸ਼ ਕਰਨ ਵਾਸਤੇ ਜਾ ਪਹੁੰਚਦੇ ਹਨ। ਅੱਗੋਂ ਐਸੇ ਵੀ ਕਰਮ ਹੁੰਦੇ ਹਨ ਸਾਧ ਸੰਗਤ, ਜਿਹੜੇ ਨੇੜੇ ਨਹੀਂ ਛੋਣ ਦਿੰਦੇ, ਲਾਗੇ ਨਹੀਂ ਲੱਗਣ ਦਿੰਦੇ, ਬਚਨ ਮੰਨਣ ਦੇ ਰਾਹ 'ਤੇ ਹੀ ਨਹੀਂ ਆਉਂਦਾ, ਪਛਾਣ ਹੀ ਨਹੀਂ ਆਉਂਦੀ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਤਾਂ ਬਹੁਤ ਕਿਤਨਾ ਵਕਤ ਉਸ ਨਾਲ ਸਿਰ ਖਪਾਈ ਕੀਤੀ, ਅਖੀਰੋ ਨਮਨੀ। ਬਾਬਾ ਜੀ ਕਹਿਣ ਲੱਗੇ ਤੇਰੀ ਮਰਜ਼ੀ, ਬਚਨ ਮੰਨ ਲੈਂਦਾ, ਸੋਨੇ ਨਾਲ ਤੁਲਦਾ, ਜਾ ਬਈ। ਬਾਬਾ ਜੀ ਜਿਸ ਵੇਲੇ ਪਿਛਾਂ ਪਰਤੇ, ਇਧਰੋਂ ਲੰਗਰ ਦਾ ਪ੍ਰਸਾਦ ਆ ਗਿਆ, ਖਬਰ ਨਹੀਂ ਪਿਛਲਿਆਂ ਨੂੰ ਕਿਵੇਂ ਪਤਾ ਲੱਗ ਜਾਂਦਾ ਸੀ ਬਈ ਇਸ ਵੇਲੇ ਕਿੱਥੇ ਹੋਣਗੇ। ਜਿੱਥੇ ਬੈਠੇ ਸਨ ਉੱਥੇ ਹੀ ਪ੍ਰਸ਼ਾਦਾ ਬਣ ਕੇ ਆ ਗਿਆ ਜਿਸ ਵੇਲੇ, ਅਤੇ ਬਾਬਾ ਜੀ ਨੇ ਆਪ ਛਕਿਆ, ਨਾਲ ਸੀ ਲੱਸੀ, ਗਿਲਾਸ ਤਾਂ ਸੀ ਕੋਈ ਨਾ। ਬਾਬਾ ਜੀ ਕਹਿਣ ਲੱਗੇ ਲੈ ਰਾਗਾ ਸਿਆਹ
ਆ ਗੰਗਾ ਸਾਗਰ ਫੜ ਜਿਹੜਾ ਲੱਛੀ ਪਾ। ਬਾਬਾ ਜੀ ਨੇ ਬੁੱਕ ਲਾ ਲਿਆ ਅਤੇ ਪੀ ਕੇ ਆਖਣ ਲੱਗੀ, ਆਹ ਬੜਾ ਸਵਾਦ ਆਇਆ, ਲੈ ਬਈ ਨਿਹਾਲ ਹੋ ਗਏ। ਫਿਰ ਫੜ ਲਿਆ ਗੰਗਾ ਸਾਗਰ ਅਤੇ ਕਹਿਣ ਲੱਗੇ, ਲੈ ਹੁਣ ਤੂੰ ਵੀ ਪੀ ਲੈ। ਅਤੇ ਬਾਕੀ ਜਿਹੜੇ ਪ੍ਰਸ਼ਾਦੇ ਬਚ ਗਏ ਕਹਿਣ ਲੱਗੇ, ਉਹ ਭੇਡਾਂ ਬੱਕਰੀਆਂ ਚਾਰਦੇ ਫਿਰਦੇ ਨੇ ਬਾਲ ਬੱਚੇ ਪਹਾੜੀਆਂ ਦੇ, ਉਹਨਾਂ ਨੂੰ ਵਰਤਾ ਦੇ। ਮੈਂ ਜਿਸ ਵੇਲੇ ਗਿਆ ਅਤੇ ਜਾ ਕੇ ਉਹਨਾਂ ਦੀ ਜਿਹੜੀ ਮਾਂ ਸੀ ਉਸਨੂੰ ਸਾਰੀਆਂ ਰੋਟੀਆਂ ਦੇ ਦਿੱਤੀਆਂ, ਵੀ ਲੈ ਬਾਲ ਬੱਚੇ ਨੂੰ ਵਰਤਾ ਦੇ। ਕਿਤਨੀ ਬਾਰੀਕੀ ਨਾਲ ਦੇਖਦੇ ਸਨ, ਕਿਸ ਨਜ਼ਰ ਨਾਲ ਤੋਲਦੇ ਸਨ। ਜਿਸ ਵੇਲੇ ਮੈਂ ਪਰਤ ਕੇ ਆਇਆ, ਵਰਤਾ ਆਇਆ, ਮੈਂ ਕਿਹਾ ਜੀ ਹਾਂ ਵਰਤਾ ਕੇ ਆਇਆ। ਮੈਂ ਕਿਹਾ ਜੀ ਨਹੀਂ, ਇੱਕ ਦੀ ਚੋਲੀ ਪਾ ਆਇਆ, ਆਪੇ ਵਰਤਾ ਲਓ। ਕਹਿਣ ਲੱਗੇ, ਭਾਈ ਜੀ ਬਚਨ ਤਾਂ ਨਾ ਨਾ ਮੰਨਿਆ, ਬਚਨ ਤਾਂ ਨਾ ਨਾ ਮੰਨਿਆ ਸੀ ਅਤੇ ਆਖਿਆ ਸੀ ਵਰਤਾ ਕੇ ਆ। ਤਾਂ ਹੀ ਇਸ ਸੱਚਮੁੱਚ ਜੇ ਉਹ ਮਾਂ ਨੇ ਬੱਚਿਆਂ ਨੂੰ ਬਜਾਇਆ ਵੀ ਜਾਓ ਤੁਸੀਂ ਹੋਰ ਮੰਗੋ, ਉਹ ਆਪ ਤਾਂ ਚੋਲੀ ਭਰ ਕੇ ਬਹਿ ਗਈ ਅਤੇ ਬੱਚਿਆਂ ਨੂੰ ਪਿੱਛੇ ਭਜਾ ਦਿੱਤਾ ਵੀ ਹੋਰ ਮੰਗ ਲਿਆਓ। ਬਾਬਾ ਜੀ ਨੇ ਆਖਿਆ, ਲੈ ਤੂੰ ਹੁਣ ਗੱਲ ਪਵਾਏ ਨੇ ਸਾਰੇ, ਆਖਿਆ ਸੀ ਵਰਤਾ ਕੇ ਆਈ, ਹੁਣ ਭੱਜ ਇੱਥੋਂ। ਬਾਬਾ ਜੀ ਚੁੱਕ ਕੇ ਸੋਟੀ ਭੱਜੇ ਉੱਥੋਂ, ਫਿਰ ਹੈਰਾਨ ਹੁੰਦੇ ਆ ਇਹਨਾਂ ਗੱਲਾਂ ਨੂੰ ਸੋਚ ਕੇ। ਹੁਣ ਨਜ਼ਦੀਕ ਖੁਦਾਏ ਦੇ, ਵੇਤ ਨਾ ਕਿਸੇ ਦੇ, ਅੰਤਰ ਜਾਮੀ ਸਰਬ ਘਟਾਂ ਦੀਆਂ ਜਾਣਨ ਵਾਲੇ, ਜੋ ਚਾਹਵਨ ਸੋ ਕਰ ਸਕਣ। ਸਾਧ ਸਿੰਘ ਬੋਲੋ ਸ੍ਰੀ। ਅਤੇ ਫਿਰ ਇਹ ਪੜ੍ਹਾਈਆਂ ਸਨ ਨਾ ਸਾਰੀਆਂ, ਫਿਰ ਇਹ ਪੂਰਨੇ ਸਨ ਨਾ ਉਹਨਾਂ ਦੇ, ਇਹਨਾਂ ਪੂਰਨਿਆਂ 'ਤੇ ਜਾ ਅੱਜ ਜਿਨ੍ਹਾਂ ਨੇ ਚੱਲਣਾ ਸੀ। ਰੋਣ ਆਉਂਦਾ ਵੇਖ ਕੇ ਕਿ ਉਹਨਾਂ ਪੂਰਨਿਆਂ ਤੋਂ ਉਲਟੇ ਪਾਸੇ ਦੂਜੇ ਪਾਸੇ ਭੱਜ ਪਏ। ਦਰਗਾਹ ਨੂੰ ਰਸਤਾ ਇਹ ਜਾਂਦਾ ਸੀ, ਅਸਾਂ ਸੋਚਿਆ ਵੀ ਨਹੀਂ ਇਹਦੇ ਉਲਟੇ ਪਾਸੇ ਜਾਂਦਾ। ਤਾਂ ਬਾਬਾ ਜੀ ਨੇ ਜ਼ਿੰਦਗੀ ਵਿੱਚ ਜਗਤ ਨੂੰ ਤਾਰਨ ਵਾਸਤੇ ਇੱਕ ਐਸਾ ਪ੍ਰੋਗਰਾਮ ਦਿੱਤਾ ਹੈ ਜਿਹਨੂੰ ਨਾ ਲੈਂਦਾ ਭੁੱਲੇ ਨਾ ਦਿੰਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਫੋਟੋ ਦਾ ਧਿਆਨ ਅਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸੇਵਾ। ਅਤੇ ਫਿਰ ਸੇਵਾ ਕਿਹੜੀ? ਇੱਕ ਤਾਂ ਪੱਖੇ ਪਾਣੀ ਦੀ ਸੇਵਾ, ਇੱਕ ਵਿਛਾਈ ਦੀ ਸੇਵਾ, ਫਿਰ ਇੱਕ ਸਿਮਰਨ ਦੀ ਸੇਵਾ, ਇੱਕ ਕੀਰਤਨ ਦੀ ਸੇਵਾ। ਇਹ ਸਭ ਸੇਵਾ ਵਿੱਚ ਸ਼ੁਮਾਰ ਹੈ। ਕੋਈ ਸੇਵਾ ਕਰ ਲੈ, ਕਿਸੇ ਸੇਵਾ ਵਿੱਚ ਮਨ ਲਾ ਲੈ, ਸੇਵਾ ਕਰਤ ਹੋਏ ਨੇਕਾਮੀ, ਪਰ ਮੰਗੀ ਕੁਛ ਨਾ, ਆਪੇ ਦੇਵੇਗਾ, ਕਿਉਂ ਨਾ ਦੇਵੇਗਾ। ਜਿਵੇਂ ਜਿਵੇਂ ਕੋਈ ਸੇਵਾ ਕਰਦਾ, ਤਿਵੇਂ ਤਿਵੇਂ ਉਸਦਾ ਕਰਜ਼ਾ ਚੜੀ ਜਾਂਦਾ। ਅਤੇ ਕੋਈ ਵੀ ਸਰਦਾ ਪੁੱਜਦਾ ਆਪਣੇ ਸਿਰ 'ਤੇ ਕਰਜ਼ਾ ਨਹੀਂ ਰੱਖਦਾ, ਕਿਉਂਕਿ ਪਰਾਈ ਅਮਾਨ ਕਿਉਂ ਰੱਖੀਏ, ਬਾਣੀ ਵਿੱਚ ਆਖਿਆ ਦਿੱਤੀ ਹੂੰ ਸੁੱਖ ਹੋਏ। ਪਰਾਈ ਅਮਾਨ ਰੱਖਣ ਨਾਲ ਸੁੱਖ ਨਹੀਂ। ਕਿਸੇ ਨੂੰ ਨਹੀਂ ਪਤਾ ਭਾਵੇਂ, ਓਏ ਮਨ ਤਾਂ ਜਾਣਦਾ ਮੈਂ ਦੇਣੇ, ਮਨ ਲਾਣ ਤਾਂ ਪਾਏਗਾ, ਅਤੇ ਜੇ ਮਨ ਕੁਛ ਨਹੀਂ ਆਖਦਾ ਤਾਂ ਸਮਝ ਲੈ ਮਨ ਮੁਰਝਾ ਚੁੱਕਾ, ਮਨ ਵਿੱਚ ਉਹ ਜ਼ਿੰਦਗੀ ਦੀ ਰਮਕ ਬਾਕੀ ਰਹੀ ਨਹੀਂ। ਤਾਂ ਸਾਹਿਬ ਆਖਦੇ ਨੇ, ਪਰਾਈ ਅਮਾਨ ਕਿਉਂ ਰੱਖੀਏ, ਦਿੱਤੀ ਹੂੰ ਸੁੱਖ ਹੋਏ, ਅਤੇ ਆਪ ਆਪਣੇ ਸਿਰ 'ਤੇ ਕਜ਼ਾ ਰੱਖਣਗੇ? ਨਹੀਂ, ਉਹ ਤਾਂ ਸੇਵਾ ਕਰਨ ਵਾਲੇ ਨੂੰ ਬਸ ਥੋੜ੍ਹਾ ਜਿੰਨਾ ਇਮਤਿਹਾਨ ਲੈ ਕੇ ਅਤੇ ਫਿਰ ਭਰ ਦੇਣਗੇ ਝੋਲੀਆਂ। ਇੱਕ ਵਾਰੀ ਬਾਬਾ ਜੀ ਆਖਦੇ ਸਨ, ਕਰਕੇ ਤਾਂ ਵੇਖ, ਉਹ ਤਾਂ ਭਗਤ ਵਛਲ ਹੋਏ ਆਇਆ, ਨਿਰਾ ਭਗਤ ਵਛਲ ਨਹੀਂ, ਪਤਤ ਉਧਾਰਨ ਅਜੁਬ ਅਜਾਬਾ, ਗੁਰਮੁਖ ਵਰਨ ਅਵਰਨ ਹੋਏ, ਸਾਧ ਸੰਗਤ ਮਿਲ ਹੋਏ ਤਰਾਬਾ, ਚੰਦਨ ਵਾਸ ਵਣਸ ਪਤ ਅਵਲ ਦੋਮ ਨ ਸੋਮ ਖਰਾਬਾ। ਚੰਦਨ ਦੀ ਖੁਸ਼ਬੂ ਨਾਲ ਲੱਕੜੀ ਜਿਸ ਵੇਲੇ ਚੰਦਨ ਹੁੰਦੀ ਹੈ, ਨਾ ਉਹ ਅਵਲ ਹੁੰਦੀ ਹੈ, ਨਾ ਦੋਮ ਹੁੰਦੀ ਹੈ, ਨਾ ਸੋਮ ਹੁੰਦੀ ਹੈ, ਇੱਕੋ ਤਰ੍ਹਾਂ ਦੀ ਹੁੰਦੀ ਹੈ, ਉਸ ਵਿੱਚ ਫਰਕ ਨਹੀਂ। ਜਿਹਨੂੰ ਚੰਦਨ ਦੀ ਖੁਸ਼ਬੂ ਲੱਗੀ, ਓਏ ਵੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਤੋ ਸੰਗਤ ਦਾ ਐਸਾ ਚੰਦਨ ਬ੍ਰਿਕਸ਼ ਹੈ ਕਿ ਜਿਸ ਨੂੰ ਸੰਗਤ ਦੀ ਸੋ ਲੱਗੀ, ਸੰਗਤ ਦੀ ਖੁਸ਼ਬੂ ਆਈ, ਚੰਦਨ ਹੋ ਗਏ। ਤਾਂ ਹੀ ਆਖੀਐ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਾਹੇ ਮਿਲੰਤ ਜਮ ਤ੍ਰਾਸ ਮਿਟਾਏ। ਤੋ ਚੰਦਨ ਵਾਸ ਬਣਾਸਪਤ ਅਵਲ ਦੋਮ ਨ ਸੋਮ ਖਰਾਬਾ, ਤੇ ਹੁਕਮੇ ਅੰਦਰ ਸਭ ਕੋ, ਫਿਰ ਕੁਦਰਤ ਕਿਸਦੀ ਕਰੇ ਜਵਾਬਾ। ਜੇ ਸਭ ਦੁਨੀਆਂ ਹੁਕਮ ਵਿੱਚ ਹੈ, ਉਹ ਕਿਸੇ ਦੀ ਮਜਾਲ ਹੈ ਜਵਾਬ ਕਰੇ ਅੱਗੋਂ?
ਤੇ ਜਵਾਬ ਵਾਲਾ ਕਦੇ ਸੁਖੀ ਵੀ ਨਹੀਂ ਹੋਇਆ। ਇੱਥੇ ਤਾਂ ਸੁਖੀ ਉਹੀ ਹੋਇਆ ਜਿਸਨੇ ਸਿਰ ਝੁਕਾਇਆ, ਜਿਸਨੇ ਸਤ ਵਚਨ ਕੀਤਾ। ਕੁਦਰਤ ਕਿਸਦੀ ਕਰੇ ਜਵਾਬਾ, ਭਾਈ ਸਾਹਿਬ ਆਖਦੇ ਜ਼ਾਹਰ ਪੀਰ ਜਗਤ ਗੁਰੂ ਬਾਬਾ। ਪਰਸੋਂ ਆ ਰਹੇ ਸਾਂ ਦੇਹਰਾਦੂਨ ਤੋਂ, ਰਸਤੇ ਵਿੱਚ ਮੋਟਰ ਦਾ ਰੇਡੀਓ ਚਲਾਇਆ, ਹੋਰ ਵੀ ਗਾਣੇ ਵੱਜੇ ਪਰ ਇੱਕ ਗਜ਼ਲ ਆ ਗਈ, ਵੋ ਨਾ ਆਏਗੇ ਪਲਟ ਕਰ ਚਾਹੇ ਲਾਖ ਹਮ ਬੁਲਾਏ। ਤੇ ਮੇਰਾ ਮਨ ਚਲਾ ਗਿਆ ਬਾਬਾ ਜੀ ਵਾ। ਇਹ ਦੁਨਿਆਵੀ ਬੰਦੇ ਕਾਮੀ ਕੁੱਤੇ ਜਿਸ ਨਾਲ ਜਰਾ ਪਿਆਰ ਹੁੰਦਾ ਲੱਖਾਂ ਵਾਰੀ ਪੁਕਾਰਦੇ ਹਨ, ਅਸੀਂ ਉਸਨੂੰ ਇੱਕ ਵਾਰ ਵੀ ਦਿਹਾੜੀ ਵਿੱਚ ਨਹੀਂ ਪੁਕਾਰ ਸਕਦੇ। ਔਰ ਉਹ ਜਵਾਬ ਦੇ ਗਿਆ ਵੀ ਉਹ ਪਲਟ ਕੇ ਆਏਗਾ ਹੀ ਨਹੀਂ, ਅਸੀਂ ਜੇ ਪੁਕਾਰਦੇ ਤਾਂ 100 ਵਾਰੀ ਪਲਟ ਕੇ ਆਉਂਦਾ, ਕਿਉਂਕਿ ਹੁਕਮ ਹੈ ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੈ ਸੇਵਕ ਕੋ ਨਿਕਟੀ ਹੋਏ ਦਿਖਾਵਾ। ਜਿੰਨਾ ਚਿਰ ਉਹ ਰਿਕਾਰਡ ਵੱਜਦਾ ਰਿਹਾ ਉਹਨਾਂ ਚਿਰ ਨਹੀਂ, ਦਿੱਲੀ ਪਹੁੰਚਣ ਤੱਕ ਖਬਰੇ ਮੈਂ ਕਿਤਨੀ ਵਾਰੀ ਅਥਰੂ ਪੂੰਜੇ, ਮਨ ਜਾਏ ਨਾ ਦੂਜੇ ਪਾਸੇ, ਮੁੜ ਮੁੜ ਸੇ ਖਿਆਲ ਵਿੱਚ ਆਵੇ ਅਸੀਂ ਤੈਨੂੰ ਨਾ ਪੁਕਾਰੇ। ਉਹ ਜਿੰਨਾ ਪਲਟ ਕੇ ਨਹੀਂ ਆਉਣਾ ਉਹਨਾਂ ਨੂੰ ਦੁਨੀਆਂ ਪੁਕਾਰਦੀ ਹੈ, ਪਰ ਜਿਹੜੇ ਪਲਟ ਕੇ ਆ ਸਕਦੇ ਹਨ ਆ ਜਾਂਦੇ ਹਨ, ਆਏ ਹਨ। ਅਸੀਂ ਕਿੱਡੇ ਮੂਰਖ ਹਾਂ, ਉਸਨੂੰ ਕਦੇ ਪੁਕਾਰਿਆ ਹੀ ਨਹੀਂ, ਉਸਨੂੰ ਕਦੇ ਯਾਦ ਹੀ ਨਹੀਂ ਕੀਤਾ। ਸਾਰਾ ਸਾਰਾ ਦਿਨ ਬੀਤ ਜਾਂਦਾ ਗੱਪਾਂ ਮਾਰਦੇ ਹਾਂ, ਹੋਰ ਕੰਮ ਧੰਦੇ ਕਰਦੇ ਹਾਂ, ਵਿੱਚ ਵਿੱਚ ਚੇਤਾ ਨਹੀਂ ਆਉਂਦਾ। ਇਹ ਚੇਤਾ ਜੇ ਆ ਜਾਂਦਾ ਸਾਨੂੰ, ਜਿਵੇਂ ਸਾਹਿਬ ਬਾਣੀ ਵਿੱਚ ਆਖਿਆ ਉਹ ਚੇਤਾ ਹੀ ਤਾਂ ਚੇਤ, ਅਚੇਤ ਨਾ ਰਹੋ ਚੇਤ, ਜੇ ਤੈਨੂੰ ਚੇਤਾ ਆ ਗਿਆ ਉਸਨੂੰ ਚੇਤ। ਤਾਂ ਮੇਰੇ ਮਨ ਵਿੱਚ ਆਈ ਐਸ ਪੁਨਿਆ ਤੇ ਸਾਰਾ ਜ਼ਿਕਰ ਬਾਬਾ ਜੀ ਦਾ ਕਰਨਾ। ਕਿਉਂਕਿ ਬਾਬਾ ਜੀ ਦਾ ਜਿਸ ਦਿਨ ਜ਼ਿਕਰ ਹੋ ਜਾਏ ਤਾਂ ਫਿਰ ਰਾਤ ਉਹ ਉਮੀਦ ਵਿੱਚ ਗੁਜ਼ਰਦੀ ਹੈ ਵੀ ਆਏ ਕਿ ਆਏ। ਅੱਜ ਅਸੀਂ ਉਸ ਪਾਤਸ਼ਾਹ ਦਾ ਦਿਨ ਮਨਾਉਣ ਵਾਸਤੇ ਇਕੱਤਰ ਹੋਏ ਜੋ ਪਿਛਲੇ ਗੁਨਾਹ ਬਖਸ਼ਦਾ ਹੈ, ਅੱਗੋਂ ਵਾਸਤੇ ਸਿੱਧੇ ਮਾਰਗ ਪਾਉਂਦਾ ਹੈ। ਸਿੱਧਾ ਮਾਰਗ ਹੈ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਨਾਮ ਜਪਣਾ, ਸੰਗਤ ਵਿੱਚ ਆਵਣਾ, ਕਥਾ ਕੀਰਤਨ ਵਿੱਚ ਮਨ ਜੋੜਨਾ, ਸਾਧ ਸੰਗਤ। ਇੰਜ ਗੁਰੂ ਕੇ ਸਿੱਖ ਦਾ ਲੋਕ ਸੁਖੀ ਤੇ ਪ੍ਰਲੋਕ ਹੁੰਦਾ ਹੈ ਸੁਹੇਲਾ। ਹੁਣ ਕੀਰਤਨ ਸਮਾਪਤੀ, ਬੁੱਲਾਂ ਚੁੱਕਾਂ ਬਖਸ਼ਣੀਆਂ।